ਸਤਿ ਸ਼੍ਰੀ ਅਕਾਲ। ਮੈਨੂੰ ਆਪਣੇ ਪੰਜਾਬੀ ਸਿੱਖ ਕੈਨੇਡੀਅਨ ਹੋਣ 'ਤੇ ਬਹੁਤ ਮਾਣ ਹੈ। ਮੈਂ ਸਰਕਾਰੀ ਅਤੇ ਵਿੱਦਿਅਕ ਅਦਾਰਿਆਂ ਤੋਂ ਇਹ ਗੰਭੀਰਤਾ ਨਾਲ ਮੰਗ ਕਰਦੀ ਹਾਂ ਕਿ ਸਾਨੂੰ ਕੈਨੇਡਾ ਦੇ ਸੰਦਰਭ ਵਿੱਚ ਸਾਊਥ ਏਸ਼ੀਅਨ ਕੈਨੇਡੀਅਨ ਸ਼ਬਦ ਦੀ ਕਾਨੂੰਨੀ ਅਤੇ ਕੰਮਕਾਜੀ ਪਰਿਭਾਸ਼ਾ ਦੱਸਣ, ਕਿਉਂਕਿ ਮੈਂ ਇਸ ਸ਼ਬਦ ਵਿੱਚ ਆਪਣੇ ਸਰਬੱਤ ਦਾ ਭਲਾ, ਸੁੱਖਣ ਵਾਲੇ ਇਤਿਹਾਸ, ਤਹਿਜ਼ੀਬ, ਸੰਸਕ੍ਰਿਤੀ ਅਤੇ ਨਾ ਹੀ ਮਾਂ ਬੋਲੀ ਦੀ ਕੋਈ ਸਾਂਝ ਲੱਭ ਸਕੀ ਹਾਂ। ਮੈਂ ਉਸ ਮਾਸ਼ਰੇ ਤੋਂ ਹਾਂ ਜਿਨ੍ਹਾਂ ਪਹਿਲੇ ਵਿਸ਼ਵ ਯੁੱਧ ਤੋਂ ਲੈ ਕੇ ਅੱਜ ਤੱਕ ਕੈਨੇਡਾ ਨੂੰ ਉਸਾਰਿਆ ਅਤੇ ਦੁਨੀਆ ਵਿੱਚ ਇੱਕ ਜ਼ਿੰਮੇਵਾਰ ਲੋਕ ਭਲਾਈ ਅਤੇ ਅਨੇਕਾਂ ਵੱਖੋ ਵੱਖਰੇ ਪਿਛੋਕੜ ਵਾਲੇ ਲੋਕਾਂ ਨੂੰ ਸਤਿਕਾਰ ਨਾਲ ਇਕੱਠੇ ਤੋਰਨ ਵਾਲਾ ਇੱਕ ਦੇਸ਼ ਬਣਾਇਆ। ਦੱਖਣ ਏਸ਼ੀਆਈ ਕੈਨੇਡੀਅਨ, ਸਾਊਥ ਏਸ਼ੀਅਨ ਕੈਨੇਡੀਅਨ ਕਹਿ ਨਾ ਸਿਰਫ ਮੇਰੇ ਨਾਲ ਬਲਕਿ ਵਿਸ਼ਵ ਦੇ ਅਨੇਕਾਂ ਕੋਨਿਆਂ ਤੋਂ ਆਏ ਲੱਖਾਂ ਹੋਰ ਮੇਰੇ ਵਰਗੇ ਕੈਨੇਡੀਅਨ ਦੇ ਨਾਲ ਬੇਇਨਸਾਫੀ ਹੋ ਰਹੀ ਹੈ। ਅਖੀਰ ਵਿੱਚ ਮੈਂ ਇੱਕ ਵਾਰ ਫਿਰ ਸਪਸ਼ਟ ਕਰ ਦਿਆਂ ਤਾਂ ਕਿ ਕੋਈ ਭੁਲੇਖਾ ਨਾ ਰਹੇ ਕਿ ਮੈਂ ਸਾਊਥ ਏਸ਼ੀਅਨ ਕੈਨੇਡੀਅਨ ਨਹੀਂ ਹਾਂ।